ਤੇ ਤੁਸੀਂ ਦੇਖ ਰਹੇ ਹੋ ਵੌਇਸ ਆਫ ਪੰਜਾਬ ਤੇ ਅੱਜ ਜਿੱਦਾਂ ਤੁਹਾਨੂੰ ਪਤਾ ਆ ਕਿ ਕਿਸਾਨਾਂ ਵੱਲੋਂ ਕਿਸਾਨ ਰੈਲੀ ਟਰੈਕਟਰ ਰੈਲੀ ਕੱਢੀ ਜਾਣੀ ਸੀ ਦਿੱਲੀ ਸਿੰਘੂ ਬਾਰਡਰ ਤੋਂ ਲੈ ਕੇ ਟਿੱਕਰੀ ਬਾਰਡਰ ਤੇ ਟਿੱਕਰੀ ਬਾਰਡਰ ਵਾਲਿਆਂ ਨੇ ਸਿੰਘੂ ਬਾਰਡਰ ਵੱਲ ਨੂੰ ਆਉਣਾ ਸੀ ਹਾਫ ਵੇ ਮੀਟ ਕਰਨਾ ਆ ਤਾਂ ਇੱਦਾਂ ਹੀ ਗਾਜ਼ੀਪੁਰ ਬਾਰਡਰ ਵਾਲਿਆਂ ਨੇ ਸ਼ਾਹਜਹਾਂਪੁਰ ਬਾਰਡਰ ਵੱਲ ਨੂੰ ਕੁਝ ਕਰਨਾ ਸੀ ਤੇ ਸ਼ਾਹਜਹਾਂਪੁਰ ਵਾਲਿਆਂ ਨੇ ਗਾਜ਼ੀਪੁਰ ਬਾਰਡਰ ਵਾਲਿਆਂ ਹੁਣ ਜਿੱਥੇ ਤੁਸੀਂ ਤਸਵੀਰਾਂ ਸਾਡੀਆਂ ਨਾਲ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਹੈਗਾ ਆ ਸੋਨੀਪਤ ਦਿੱਲੀ ਹਾਈਵੇ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੋਸਤੋ ਘੁਮਾ ਕੇ ਤੁਹਾਨੂੰ ਦਿਖਾਉਂਦੇ ਹਾਂ ਅੱਜ ਪ੍ਰਸ਼ਾਸਨ ਵੱਲੋਂ ਜਿਹੜਾ ਸੋਨੀਪਤ ਦਿੱਲੀ ਹਾਈਵੇ ਹੈਗਾ ਆ ਉਹਨੂੰ ਬੰਦ ਕਰ ਦਿੱਤਾ ਬਿਨਾਂ ਰੀਜਨ ਕਿ ਟਰੈਕਟਰ ਰੈਲੀ ਕਿਸਾਨਾਂ ਵੱਲੋਂ ਕੱਢੀ ਜਾ ਰਹੀ ਆ ਇਸ ਕਰਕੇ ਜਿਹੜੇ ਤੁਹਾਨੂੰ ਮੈਂ ਦਿਖਾਉਂਦੀ ਹਾਂ ਕਿ ਜਿਹੜਾ ਦਿੱਲੀ ਜਾਣ ਵਾਲਾ ਰਸਤਾ ਆ ਉਹਨੂੰ ਕੰਪਲੀਟਲੀ ਦੋਨਾਂ ਪਾਸਿਓਂ ਤੋਂ ਬੰਦ ਕੀਤਾ ਜਾ ਰਿਹਾ ਗਿਆ ਆ ਮੋਟਰਬਾਈਕ ਸਾਈਕਲਾਂ ਦੇ ਉੱਪਰ ਜਿਹੜੇ ਹੈਗੇ ਆ ਸਾਈਕਲਾਂ ਨੇ ਉਹ ਜਾ ਸਕਦੇ ਆ ਹੋਰ ਹਰ ਇੱਕ ਇਨਸਾਨ ਜਿਹੜਾ ਆ ਕਾਰਾਂ ਦੇ ਵਿੱਚ ਗੱਡੀਆਂ ਦੇ ਵਿੱਚ ਹੈਗਾ ਆ ਉਹਨਾਂ ਨੂੰ ਇੱਧਰ ਦੇ ਪਾਸੇ ਨਹੀਂ ਜਾਣ ਦਿੱਤਾ ਤੇ ਦੇਖ ਸਕਦੇ ਹੋ ਦੋਸਤੋ ਇੱਧਰਲਾ ਪਾਸਾ ਜਿਹੜਾ ਆਪਾਂ ਕਹਿ ਲਈਏ ਕਿ ਜਿਹੜਾ ਸੋਨੀਪਤ ਪਾਣੀਪਤ ਤੋਂ ਜਿੰਨੀਆਂ ਵੀ ਆ ਰਹੇ ਆ ਵਹੀਕਲਸ ਚਾਹੇ ਉਹ ਕਾਰਾਂ ਗੱਡੀਆਂ ਟਰੱਕ ਬੱਸਾਂ ਸਵੇਰ ਦਾ ਟਾਈਮ ਆ ਕੰਮਾਂ ਕਾਰਾਂ 'ਤੇ ਜਾਣ ਦਾ ਟਾਈਮ ਆ ਬਟ ਜਿਹੜਾ ਅੱਜ ਇਸ ਆਪਾਂ ਕਹਿ ਲਈਏ ਦਿਨ ਪ੍ਰਸ਼ਾਸਨ ਵੱਲੋਂ ਜਨਤਾ ਆਮ ਜਨਤਾ ਨੂੰ ਤੰਗ ਕੀਤਾ ਜਾ ਰਿਹਾ ਆ ਬੱਸਾਂ ਵਾਲੇ ਜਿਹੜੇ ਆ ਇੱਥੇ ਲਾ ਲਾ ਕੇ ਜਾ ਰਹੇ ਆ ਪਿੱਛੋਂ ਚੱਕਦੇ ਆ ਅਤੇ ਜਦੋਂ ਬੱਸ ਡਾਇਵਰਟ ਹੁੰਦੀ ਆ ਅਤੇ ਇੱਥੇ ਲਾ ਦਿੰਦੇ ਆ ਅਤੇ ਆਮ ਪਬਲਿਕ ਨੂੰ ਪਤਾ ਨਹੀਂ ਲੱਗਦਾ ਹੁਣ ਅਸੀਂ ਪੈਦਲ ਜਾਈਏ ਕਿੱਥੇ ਜਾਈਏ ਕੀ ਕਰੀਏ ਕਿਉਂਕਿ ਬੱਸਾਂ ਵਾਲਿਆਂ ਨੇ ਪੈਸੇ ਪੂਰੇ ਲੈ ਲਏ ਆ ਬਟ ਇੱਥੇ ਆਣ ਕੇ ਉਹਨਾਂ ਨੂੰ ਲਾ ਕੇ ਤੁਰੇ ਜਾਂਦੇ ਦੇਖ ਸਕਦੇ ਹੋ ਬੱਸਾਂ ਵੀ ਡਾਇਵਰਟ ਹੋ ਰਹੀਆਂ ਅਤੇ ਦੂਜੇ ਪਾਸਿਓਂ ਜਿਹੜਾ ਟ੍ਰੈਫਿਕ ਸੀਗਾ ਉਹਨੂੰ ਵੀ ਡਾਇਵਰਟ ਕਰਕੇ ਉਹ ਸੋਨੀਪਤ ਵੱਲ ਨੂੰ ਪਾਣੀਪਤ ਵੱਲ ਨੂੰ ਕੱਢਿਆ ਜਾ ਰਿਹਾ ਆ ਹਾਈਵੇ ਨੂੰ ਬੰਦ ਕੀਤਾ ਹੋਇਆ ਆ ਪ੍ਰਸ਼ਾਸਨ ਦੇ ਨਾਲ ਗੱਲ ਕਰਨ ਦੀ ਪਹਿਲਾਂ ਵੀ ਅਸੀਂ ਕੋਸ਼ਿਸ਼ ਕੀਤੀ ਸੀਗੀ ਕਿ ਕੀ ਰੀਜਨ ਹੈਗਾ ਆ ਕਿ ਇਹ ਅੱਜ ਇਸ ਹਾਈਵੇ ਨੂੰ ਤੁਸੀਂ ਬੰਦ ਕੀਤਾ ਹੋਇਆ ਆ ਅਤੇ ਉਹਨਾਂ ਕੋਲ ਕੋਈ ਜਵਾਬ ਨਹੀਂ ਦਿਖਾ ਦਿੰਦੇ ਹਾਂ ਕਿ ਆਮ ਜਨਤਾ ਜਿਹੜੀ ਆ ਕਿੰਨੀ ਤੰਗ ਹੋ ਰਹੀ ਆ ਇਹਨਾਂ ਇੱਕ ਸਿਰਫ ਕਿ ਪ੍ਰਸ਼ਾਸਨ ਨੂੰ ਇੰਨਾ ਕੁ ਡਰ ਹੋ ਗਿਆ ਕਿ ਜਿਹੜੇ ਹੈਗੇ ਟਰੈਕਟਰ ਰੈਲੀ ਆ ਉਹ ਨਿਕਲਣੀ ਆ ਟਰੈਕਟਰ ਰੈਲੀ ਤੁਹਾਨੂੰ ਦੱਸਦੀ ਹੈ ਦੋਸਤੋ ਹਾਂਜੀ ਸਿੰਘੂ ਬਾਰਡਰ ਜਾ ਹੈ ਸਿੰਘੂ ਬਾਰਡਰ ਜਾਣਾ ਹਾਂ ਪੈਦਲ ਹੀ ਜਾਣਾ ਪੜੇਗਾ ਅਬ ਤੋ ਹਾਂਜੀ ਚਲੋ ਪੈਦਲ ਜਾਏਂਗੇ ਪੈਦਲ ਹੀ ਹੈ बस ये कहते हैं मोदी तुम्हारे सामने आ तेरे को दिखाएंगे किसान क्या चीज है थैंक यू ते दोस्तों ये भी जेडे साडियां भैणां आ कहंदियां सिंघू बॉर्डर जाण लई आईयां बट असी कहंदियां पैदल चल जावांगे बट जाना जरूर आ ते देख लो इधर भी कारां गड्डियां जेडियां आ उहनां नूं डाइवर्ट कीता जा रिहा आम पब्लिक जेड़ी हैगी आ असी एक न्यूज मीडिया आ ਪੱਤਰਕਾਰੀਆਂ ਪਰ ਸਾਨੂੰ ਵੀ ਇੱਥੋਂ ਕ੍ਰੋਸ ਕਰਨ ਤੋਂ ਮਨਾਹੀ ਕੀਤੀ ਆ ਕਹਿੰਦੇ ਤੁਸੀਂ ਅੱਗੇ ਨਹੀਂ ਜਾ ਸਕਦੇ ਘੁੰਮ ਕੇ ਜਾਵੋ ਕਿਉਂ ਇੰਨਾ ਡਰ ਸਾਡੀ ਪ੍ਰਸ਼ਾਸਨ ਨੂੰ ਪਿਆ ਹੋਇਆ ਆ ਕਿ ਇੰਨਾ ਲੱਗਦਾ ਕਿ ਇਹਨਾਂ ਨੂੰ ਇੰਡੀਆ ਪਾਕਿਸਤਾਨ ਦੀ ਇੱਕ ਵੋਰ ਜ਼ੋਨ ਬਣਾ ਕੇ ਇਸ ਕੰਟਰੀ ਨੂੰ ਇਹਨੇ ਰੱਖ ਦਿੱਤਾ ਆ ਹਰ ਇੱਕ ਇਨਸਾਨ ਤੰਗ ਹੋ ਰਿਹਾ ਦੇਖ ਸਕਦੇ ਹਾਂ ਕਿ ਟ੍ਰੈਫਿਕ ਜਿਹੜਾ ਇੰਨਾ ਹੋ ਚੁੱਕਾ ਕਿ ਵੱਧ ਚੁੱਕਾ ਆ ਆਮ ਪਬਲਿਕ ਨੂੰ ਤੰਗ ਜਿਹੜਾ ਇੱਥੇ ਕੀਤਾ ਜਾ ਰਿਹਾ ਆ ਕੋਸ਼ਿਸ਼ ਕਰਾਂਗੇ ਕਿ ਪ੍ਰਸ਼ਾਸਨ ਦੇ ਨਾਲ ਫਿਰ ਗੱਲ ਕਰੀਏ ਜੇ ਹੋ ਸਕੂ ਕਿ ਜਿਹਨੂੰ ਪੁੱਛਦੇ ਹਾਂ ਅਤੇ ਉਹ ਕਹਿੰਦੇ ਵੱਡੇ ਸਾਹਿਬ ਨੂੰ ਜਾ ਕੇ ਪੁੱਛੋ ਉਹ ਦੂਜੇ ਨੂੰ ਪੁੱਛਦੇ ਹਾਂ ਅਤੇ ਉਹਨਾਂ ਨੂੰ ਕਹਿ ਦਿੰਦੇ ਕਿ ਉਹਨੂੰ ਪੁੱਛੋ ਜਾ ਕੇ ਹਰ ਇੱਕ ਇਨਸਾਨ ਜਿਹੜਾ ਇੱਥੇ ਪ੍ਰਸ਼ਾਸਨ ਵੱਲੋਂ ਹੈਗਾ ਆ ਕੋਈ ਵੀ ਜਵਾਬ ਦੇਣ ਨੂੰ ਤਿਆਰ ਨਹੀਂ ਸਿਰਫ ਇਹ ਆ ਕਿ ਸਾਨੂੰ ਕਿਹਾ ਗਿਆ ਆ ਕਿ ਜਿਹੜੀ ਇਹ ਰੋੜਾਂ ਤੁਸੀਂ ਬੰਦ ਕਰਨੀਆਂ ਪ੍ਰਸ਼ਾਸਨ ਵੱਲੋਂ ਇਹ ਰੋਡਸ ਜਿਹੜੀਆਂ ਬਲੌਕ ਕੀਤੀਆਂ ਗਈਆਂ ਆ ਵਿਦਆਊਟ ਰੀਜ਼ਨ ਅਤੇ ਤੁਹਾਨੂੰ ਦੱਸਦੇ ਚੱਲੀਏ ਟਰੈਕਟਰ ਰੈਲੀ ਜਿਹੜੀ ਆ ਉਹ ਸਿੰਘੂ ਬਾਰਡਰ ਤੋਂ ਟਿੱਕਰੀ ਬਾਰਡਰ ਜਾਣੀ ਆ ਡਿਫਰੈਂਟ ਕੰਪਲੀਟਲੀ ਰੂਟ ਹੈਗਾ ਆ ਇਸ ਹਾਈਵੇ ਦੇ ਨਾਲ ਉਸਦਾ ਕੋਈ ਲੈਣਾ ਦੇਣਾ ਨਹੀਂ ਬਟ ਫਿਰ ਵੀ ਆਮ ਜਨਤਾ ਨੂੰ ਤੰਗ ਕੀਤਾ ਜਾ ਰਿਹਾ ਦੇਖ ਲਓ ਟਰੱਕ ਜਿਹੜੇ ਹੈਗੇ ਆ ਉਹ ਵੀ ਡਾਇਵਰਟ ਕੀਤੇ ਜਾ ਰਹੇ ਆ ਬੱਸਾਂ ਆ ਜੋ ਕੁਛ ਵੀ ਆ ਰਿਹਾ ਆ ਹਰ ਇੱਕ ਚੀਜ਼ ਨੂੰ ਡਾਇਵਰਟ ਕਰਕੇ ਅਤੇ ਭੇਜਿਆ ਜਾ ਰਿਹਾ ਦੂਜੇ ਪਾਸੇ ਨੂੰ ਸਵੇਰ ਦਾ ਟਾਈਮ ਆ ਬੱਸਾਂ ਦਾ ਵੀ ਦੇਖ ਲਓ ਜਿਹੜੇ ਆਮ ਜਨਤਾ ਜਿਹੜੀ ਆ ਰਹੀ ਆ
फिर एक बार आप गल करांगे, कोशिश करांगे कि जिहड़े प्रशासन दे नाल इह जिहड़ियां रोक रोक के खड़े आ इहनां दे नाल आपां चलदे आ मिडल दे विच, पुछदे आ कि अज जिहड़ा हैगा आ इह क्यों कीता गया आ, इह देखदे आ जवाब दिंदे आ कि नहीं। नमस्कार जी, क्या चल रहा है जी? देखिए, आज किसान संगठनों द्वारा कॉल की गई है केजीपी और केएमपी पे रैली निकालने के लिए, उसी के मद्देनजर पब्लिक को कोई असुविधा ना हो तो डाइवर्जन किया। हिसाब से तो पब्लिक को असुविधा आप ये बंद रोड्स बंद की हुई है ना, उससे हो रही है, क्योंकि रैली तो सिंघु बॉर्डर से टिकरी बॉर्डर जानी थी, इधर तो कोई रहना देना है नहीं, फिर ये रास्ता क्यों बंद किया? देखिए, प्रॉपर प्लान करके और लोगों को असुविधा ना हो आगे भी डाइवर्जन किए हुए हैं, ताकि प्रॉपर उनको बता रहे हैं कहाँ जाना है थोड़ा सा आगे, क्योंकि रोड ब्लॉक है। जो रोड तो आपने ब्लॉक की है ना? नहीं नहीं नहीं, जो सर्टेन रास्ते हैं उन्हीं से पब्लिक जाएगी। पहले भी तो हम भी आते जाते हैं, हम न्यूज वाले हम रोज कवर करते हैं, ठीक है, सिंगल बॉर्डर भी करते हैं, टिकरी भी करते हैं, वो रास्ते हमारा रोज का आना जाना है। आज पहली बार है जो ये रास्ता बंद किया हुआ है, ट्रैक्टर रैली जो है वो सिंगल बॉर्डर से टिकरी बॉर्डर की तरफ जाएगी, तो इस तरफ तो ना किसी ने आना ना जाना, फिर ये रास्ता क्यों बंद किया? आप वहाँ ना एक जगह जो ट्रैफिक वॉल्यूम है वो काफी इकट्ठा हो जाएगा, तो इसलिए सर्टेन जैसे नाके लगाए हैं, आगे भी पुलिस मैन सबको गाइड कर रहे हैं जिसको जहाँ जाना है, और इंडिकेटर्स भी लगे हुए हैं, तो हर जगह पब्लिक की सुविधा के लिए पुलिस खड़ी है। तो अगर ऐसे इंतजाम करने होते तो आम पब्लिक को पहले कोई इंफॉर्मेशन या कुछ देना, क्योंकि बस ड्राइवर है जो यहाँ पे उतार के पैसे उन्होंने ले लिए, ठीक है, तो यही उतार रहे हैं, पब्लिक को पता नहीं चल रहा अब क्या करें, कहाँ जाएं, क्या करें, क्योंकि बसों वाले पैसे भी वापस ले लें, तो इसमें आपका क्या कहना है कि आम पब्लिक जो है वो आज बहुत ही हद तक तंग हो रही है? देखिए, जो भी इन्फॉर्मेशन है वो टीवी और अखबार के माध्यम से भी कई दिनों से प्रचारित है और लोग अवेयर भी हैं, ऐसी बात नहीं है। आम पब्लिक जो है जो बसों में गवर्नमेंट की ट्रांसपोर्ट में ट्रेवल करते हैं, उनके पास इतने बड़े इंतजाम नहीं होते, उनके बारे में नहीं आप प्रशासन सोचते? प्रशासन सोचा हुआ सबकी सुविधा के लिए, कुछ थोड़ा सा रूट्स बनाए हुए हैं, उन्हीं से जाया जाएगा। दोस्तों थैंक यू सो मच। ते दोस्तों देख लो कि प्रॉपर जवाब फिर भी है नहीं का, क्योंकि आह जिहड़ा रस्ता आ इहदे नाल ट्रैक्टर रैली का कोई लेना देना नहीं, इधरले पासे जिहड़ा आह ट्रैफिक इहने सीधा लंघना आ, डाइवर्ट करके दूजे पासे दी घूम के जा रहा आ, चलो फिर भी ट्रैफिक कंट्रोल आ उधरों भी ते इधरों भी, हुण असीं देखदे आ कि ट्रैक्टर रैली जिहड़ी कवर करन जाणी आ किद्दां असीं जावांगे, किस टाइम ते पहुंचांगे। ते जुड़े रहो इदां ही अपने इस व्हाट्सएप पंजाब दे नाल, इदां दीआं तस्वीरां ਸਾਂਝੀਆਂ ਤੁਹਾਡੇ ਨਾਲ ਲਾਈਵ ਕਰਦੇ ਰਵਾਂਗੇ। ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਅੱਗੇ ਚੱਲਦੇ ਹਾਂ ਕਿਉਂਕਿ ਟਰੈਕਟਰ ਰੈਲੀ ਜਿਹੜੀ ਹੈਗੀ ਆ, ਟਰੈਕਟਰ ਮਾਰਚ ਹੈਗੀ ਆ, ਉਹ ਵੀ ਆਪਾਂ ਕਵਰ ਕਰਨੀ ਆ, ਅਤੇ ਮੈਨੂੰ ਦੇਵੋ ਇਜਾਜ਼ਤ, ਮਿਲਦੇ ਹਾਂ ਜਲਦੀ ਟਰੈਕਟਰ ਰੈਲੀ 'ਤੇ। ਸਤਿ ਸ਼੍ਰੀ ਅਕਾਲ ਦੋਸਤੋ।